ਯੈਸਟਰਡੇ 9th ਕਲਾਸ ਸਟੂਡੈਂਟਸ ਅੱਜ ਆਪਾਂ ਦੋ ਕਹਾਣੀਆਂ ਰਿਵਾਈਜ਼ ਕਰਨੀਆਂ ਹਨ ਸੈਕੰਡ ਰਿਵੀਜ਼ਨ ਟੈਸਟ ਨੂੰ ਫੋਕਸ ਕਰਕੇ ਔਰ ਕਹਾਣੀ ਦੇ ਵਿੱਚੋਂ ਵਨ ਮਾਰਕ ਕੁਐਸਚਨਸ ਵੀ ਆਣੇ ਹਨ ਔਰ 2 ਮਾਰਕਸ ਕੁਐਸਚਨ ਔਰ ਇਹਦੇ ਵਿੱਚੋਂ ਵੱਡੇ ਪ੍ਰਸ਼ਨ ਨਹੀਂ ਆਣੇ ਔਰ ਇਕਾਂਗੀ ਵੀ ਹੈ ਸਿਰਜਣਾ ਇਕਾਂਗੀ ਉਹ ਵੀ ਆਪਾਂ ਮੰਡੇ ਰਿਵਾਈਜ਼ ਕਰਾਂਗੇ ਸਿਰਜਣਾ ਇਕਾਂਗੀ 'ਚੋਂ ਵੱਡੇ ਪ੍ਰਸ਼ਨ ਹੀ ਆਣੇ ਹਨ ਔਰ ਇਹ ਵਨ ਮਾਰਕ ਕੁਐਸਚਨਸ ਵੀ ਆਉਣੇ ਹਨ ਠੀਕ ਹੈ ਸਟਾਰਟ ਕਰਦੇ ਹਾਂ ਕਹਾਣੀ ਪਹਿਲੇ ਕਰ ਲਈਏ ਬੱਸ ਕੰਡਕਟਰ ਜੋ ਆਲਰੇਡੀ ਹੁਣੇ ਹੁਣੇ ਆਪਾਂ ਲੇਟੈਸਟ ਕਹਾਣੀ ਕੀਤੀ ਹੈ ਬੱਸ ਕੰਡਕਟਰ ਸਿਲੇਬਸ ਜਦੋਂ ਕਵਰ ਕੀਤਾ ਬੱਸ ਕੰਡਕਟਰ ਕਹਾਣੀ ਕਿਸਦੀ ਲਿਖੀ ਹੋਈ ਹੈ ਲੇਖਕ ਕੌਣ ਹੈ ਵੀ ਕੌਰ ਟਿਵਾਣਾ ਪਹਿਲੇ ਲੇਖਕ ਦਾ ਨਾਮ ਕਰ ਲਓ ਵੀ ਕੌਰ ਟਿਵਾਣਾ ਔਰ ਸਾਂਝੀ ਕੰਧ ਕਹਾਣੀ ਕਿਸਦੀ ਲਿਖੀ ਹੋਈ ਹੈ ਬੇਟੇ ਯੈਸ ਸਾਂਝੀ ਕੰਧ ਕਹਾਣੀ ਕੋਈ ਦੱਸੇਗਾ ਲੇਖਕ ਦਾ ਨਾਮ ਪਤਾ ਹੈ ਸਾਂਝੀ ਕੰਧ ਕਹਾਣੀ ਆਪਾਂ ਪੀਟੀ 3 ਚ ਵੀ ਕਰ ਚੁੱਕੇ ਹਾਂ ਯੈਸ ਬੇਟੇ ਬੋਲੋ ਦਿਵਿਆ ਮੈਮ ਸੰਤੋਖ ਸਿੰਘ ਧੀਰ ਯੈਸ ਵੈਰੀ ਗੁੱਡ ਸੰਤੋਖ ਸਿੰਘ ਧੀਰ ਇੱਥੇ ਧੱਦਾਂ ਹੈ ਜਿਹੜਾ ਵਿਧਾਤਾ ਸਿੰਘ ਧੀਰ ਹੈ ਉਹਦੀ ਕਵਿਤਾ ਪੜ੍ਹੀ ਹੈ ਤੁਸੀਂ ਕਿਹੜੀ ਕਵਿਤਾ ਪੜ੍ਹੀ ਹੈ ਨਵੀਂ ਪੁਰਾਣੀ ਤਹਿਜ਼ੀਬ ਉੱਥੇ ਤੀਰ ਆਣਾ ਇੱਥੇ ਧੀਰ ਹੈ ਧੱਦੇ ਨਾਲ ਠੀਕ ਹੈ ਔਰ ਬੱਚੇ ਬੱਸ ਕੰਡਕਟਰ 'ਚ ਵੀ ਦੋ ਪਾਤਰ ਨੇ ਮੁੱਖ ਇੱਕ ਹੈ ਪਾਲੀ ਜੋ ਲੇਡੀ ਡਾਕਟਰ ਹੈ ਔਰ ਇੱਕ ਹੈ ਜੀਤ ਜੋ ਬੱਸ ਕੰਡਕਟਰ ਹੈ ਠੀਕ ਹੈ ਔਰ ਸਾਂਝੀ ਕੰਧ 'ਚ ਵੀ ਦੋ ਹੀ ਮੁੱਖ ਪਾਤਰ ਨੇ ਕਪੂਰ ਸਿੰਘ ਜਿਹਦੀ ਮੁਸ਼ਕਿਲ ਬਣੀ ਹੈ ਕਿ ਉਹਦੀ ਕੰਧ ਢਹਿ ਗਈ ਹੈ ਜੋ ਕਿ ਦਰਬਾਰਾ ਸਿੰਘ ਨਾਲ ਸਾਂਝੀ ਹੈ ਤੇ ਦਰਬਾਰਾ ਸਿੰਘ ਜੋ ਕਿ ਉਸਦੇ ਚਾਚੇ ਦਾ ਪੁੱਤ ਹੈ ਜੋ ਕਿ ਭਰਾ ਹੀ ਲੱਗਦਾ ਕਜ਼ਨ ਬ੍ਰਦਰ ਚਾਚੇ ਦਾ ਪੁੱਤ ਇਹ ਇਹਨਾਂ ਦੇ ਦੁਆਲੇ ਘੁੰਮਦੀ ਕਹਾਣੀ ਸਾਂਝੀ ਕੰਧ ਨੂੰ ਲੈ ਕੇ ਠੀਕ ਹੈ ਦੋਨਾਂ 'ਚ ਝਗੜਾ ਪੈਦਾ ਹੋਇਆ ਇੱਕ ਸਾਂਝੀ ਕੰਧ ਨੂੰ ਲੈ ਕੇ ਇਹ ਆਪਾਂ ਰਿਵਾਈਜ਼ ਕਰਨਾ ਪਹਿਲੇ ਤੁਸੀਂ ਬੱਸ ਕੰਡਕਟਰ ਕਹਾਣੀ ਦਾ ਸਾਰ ਸੁਣ ਲਓ ਫਿਰ ਸਾਂਝੀ ਕੰਧ ਕਹਾਣੀ ਦਾ ਫਿਰ ਤੁਸੀਂ ਉਹਦੇ ਅਕੋਰਡਿੰਗ ਕੁਐਸਚਨ ਆਨਸਰ ਕਰੋਗੇ ਠੀਕ ਹੈ ਕਹਾਣੀ ਕੀ ਹੈ ਬੱਸ ਕੰਡਕਟਰ ਇੱਕ ਸੱਚੇ ਸੁੱਚੇ ਪਵਿੱਤਰ ਰਿਸ਼ਤੇ ਦੀ ਕਹਾਣੀ ਹੈ ਪ੍ਰੇਮ ਦੀ ਕਹਾਣੀ ਪਵਿੱਤਰ ਪ੍ਰੇਮ ਦੀ ਕਿਹੜੇ ਪ੍ਰੇਮ ਦੀ ਭੈਣ ਭਰਾ ਦੇ ਪਿਆਰ ਦੀ ਕਹਾਣੀ ਹੈ ਇਹ ਇੱਕ ਮਨੋਵਿਗਿਆਨਕ ਕਹਾਣੀ ਹੈ ਕਿਹੋ ਜਿਹੀ ਕਹਾਣੀ ਹੈ ਮਨੋਵਿਗਿਆਨਕ ਮਨ ਦੇ ਜਜ਼ਬਾਤਾਂ ਨਾਲ ਜੁੜੀ ਹੋਈ ਹੈ ਮਨ ਦੀਆਂ ਭਾਵਨਾਵਾਂ ਨਾਲ ਜੁੜੀ ਹੋਈ ਹੈ ਕਹਾਣੀ ਇਹ ਵਨ ਮਾਰਕ ਕੁਐਸਚਨ ਬਣਦੇ ਕਿ ਇਹਦਾ ਵਿਸ਼ਾ ਕੀ ਹੈ ਮਨੋਵਿਗਿਆਨਕ ਹੈ ਔਰ ਇੱਕ ਸੱਚੇ ਸੁੱਚੇ ਪ੍ਰੇਮ ਦੀ ਕਹਾਣੀ ਹੈ ਉਹ ਕਹਾਣੀ ਵਿੱਚ ਸੱਚਾ ਸੁੱਚਾ ਪ੍ਰੇਮ ਕਹਾਣੀ ਦੇ ਅੰਤ ਤੇ ਜਦੋਂ ਕਹਾਣੀ ਸਿਖਰ ਤੇ ਪਹੁੰਚੇਗੀ ਉਦੋਂ ਕਹਾਣੀ ਵਿਚਲਾ ਪਾਤਰ ਜੀਤ ਹੈ ਜੋ ਬੱਸ ਕੰਡਕਟਰ ਹੈ ਉਹ ਆਪਣਾ ਰਾਜ ਸਾਂਝਾ ਕਰੇਗਾ ਲੇਡੀ ਡਾਕਟਰ ਪਾਲੀ ਦੇ ਨਾਲ ਤਾਂ ਜਿਹੜਾ ਕਹਾਣੀ ਦਾ ਜਿਹੜਾ ਟਾਈਟਲ ਹੈ ਬੱਸ ਕੰਡਕਟਰ ਉਹ ਕਿਵੇਂ ਬਣਿਆ ਤੇ ਬੱਸ ਕੰਡਕਟਰ ਦਾ ਲੇਡੀ ਡਾਕਟਰ ਜੋ ਕਿ ਇੱਕ ਬੱਸ ਸਵਾਰੀ ਹੈ ਉਹਦੇ ਨਾਲ ਉਹਦਾ ਰਿਸ਼ਤਾ ਨਿੱਘਾ ਰਿਸ਼ਤਾ ਕਿਵੇਂ ਜੁੜਦਾ ਉਹ ਉਸ ਨਾਲ ਇਸ ਕਹਾਣੀ ਦਾ ਮੁੱਖ ਪਾਤਰ ਜੀਤ ਹੈ ਮੁੱਖ ਪਾਤਰ ਕੌਣ ਹੈ ਜੀਤ ਇਹ ਕਿਉਂ ਹੈ ਮਹੱਤਵਪੂਰਨ ਪਾਤਰ ਹੈ ਪਾਲੀ ਇਹ ਵੀ ਮੁੱਖ ਪਾਤਰ ਦੇ ਕਰਕੇ ਇਹਨੂੰ ਵੀ ਪ੍ਰਮੁੱਖ ਪਾਤਰ ਗਿਣ ਲੈਂਦੇ ਹਾਂ ਪਰ ਮੁੱਖ ਪਾਤਰ ਜਿਹੜਾ ਜੀਤ ਹੈ ਉਹ ਇਸ ਕਰਕੇ ਗਿਣਿਆ ਜਾਂਦਾ ਕਿਉਂਕਿ ਉਹਦੇ ਅੰਦਰਲੀ ਭਾਵਨਾ ਹੈ ਉਹਦੇ ਅੰਦਰਲੇ ਜਜ਼ਬਾਤ ਨੇ ਉਹ ਪਾਲੀ ਨੂੰ ਕਿਹੜੀਆਂ ਨਜ਼ਰਾਂ ਨਾਲ ਦੇਖਦਾ ਹੈ ਪਾਲੀ ਦੇ ਅੰਦਰ ਕੀ ਲੱਭਣਾ ਚਾਹੁੰਦਾ ਹੈ ਆਪਣੀ ਭੈਣ ਜਿਹੜੀ ਕਿ ਇਸ ਦੁਨੀਆਂ ਤੋਂ ਜਾ ਚੁੱਕੀ ਹੈ ਜੋ ਕਿ 1947 ਦੀ ਵੰਡ ਸਮੇਂ ਦੰਗੇ ਫਸਾਦਾਂ ਦੀ ਭੇਟ ਚੜ ਗਈ ਹੈ ਪਰਿਵਾਰ ਸਮੇਤ ਠੀਕ ਹੈ ਤੇ ਜਦੋਂ ਤੋਂ ਉਹਨੂੰ ਪਾਲੀ ਜਿਹੜੀ ਹੈ ਲੇਡੀ ਡਾਕਟਰ ਦੇ ਰੂਪ ਵਿੱਚ ਦਿਖਾਈ ਦਿੱਤੀ ਹੈ ਨਾ ਬੱਸ ਕੰਡਕਟਰ ਬਣਨ ਦੇ ਦੌਰਾਨ ਜਦੋਂ ਬੱਸ ਲੈ ਕੇ ਜਾਂਦਾ ਹੈ ਤਾਂ ਉਹਦੇ ਨਾਲ ਉਹ ਉਹ ਵਾਲਾ ਰਿਸ਼ਤਾ ਹੀ ਜੋੜਦਾ ਉਹਨੂੰ ਹਰ ਪਲ ਉਹਨੂੰ ਆਪਣੀ ਭੈਣ ਨਜ਼ਰ ਆਉਂਦੀ ਉਹਦੇ ਲਈ ਸੀਟ ਦਾ ਪ੍ਰਬੰਧ ਕਰਨਾ ਦੂਸਰੀਆਂ ਸਵਾਰੀਆਂ ਦੇ ਨਾਲ ਉਹਦੇ ਪਿੱਛੇ ਝਗੜ ਪੈਣਾ ਆਪਣੇ ਵਿਵਹਾਰ ਵਿੱਚ ਤਬਦੀਲੀ ਲੈ ਆਉਣਾ ਫਿਰ ਟਿਕਟ ਚੈੱਕ ਕਰਦਾਉਣਾ ਤਾਂ ਉਸਨੂੰ ਬਚਾਉਣ ਲਈ ਆਪ ਅੱਗੇ ਪੇਸ਼ ਹੋ ਜਾਣਾ ਕਿ ਇਸ ਦੀ ਟਿਕਟ ਤਾਂ ਮੇਰੇ ਕੋਲ ਹੈ ਅਜੇ ਭਾਵ ਕੀ ਦਰਸਾਉਂਦੇ ਨੇ ਕਿ ਉਸ ਦਾ ਪਾਲੀ ਦੇ ਨਾਲ ਇੱਕ ਰਿਸ਼ਤਾ ਹੈ ਪਵਿੱਤਰ ਰਿਸ਼ਤਾ ਜੋ ਉਹ ਸਾਂਝਾ ਕਰਦਾ ਹੈ ਕਿ ਉਸਦੀ ਭੈਣ ਅਮਰਜੀਤ ਜੋ ਕਿ ਲਾਹੌਰ ਵਿੱਚ ਪੜ੍ਹਦੀ ਸੀ ਉਹ ਦੁਨੀਆਂ ਵਿੱਚ ਨਹੀਂ ਰਹੀ ਤੇ ਮੈਨੂੰ ਬਿਲਕੁਲ ਉਹ ਜਿਹੇ ਨੈਣ ਨਕਸ਼ ਪਾਲੀ ਦੇ ਵਿੱਚ ਨਜ਼ਰ ਆਉਂਦੇ
यस बस कंडक्टर जीत जो कि मुख्य पात्र है इस कहानी विच रोज सफर करने वाली एक लेडी डॉक्टर पाली नू प्यार दिया नजरां नाल तकदा है प्यार दिया नजरां नाल भावे समाज है जिन्हां नू पता ही नहीं कि प्यार केड़ा प्यार है वो शक दिया नजरां नाल देखता है कि बस कंडक्टर दा इस लेडी डॉक्टर नाल की रिश्ता है जो इस झुकाव इहदे वल बहुत ज्यादा है उस लेडी डॉक्टर दा बाकी सवारियां नालों उचेचा ध्यान रखता है हट के ध्यान रखता है जिवें उस लई बिल्कुल नवेकली जी सीट का प्रबंध करना कि जिवें वो आँदी उन्हें कहते हैं तुसी उन्हें की कहता है तुसी अगली सीट पर बैठ जाओ तुहाडे लई अगली सीट का प्रबंध किया होया उससे लेट हो जाते बस नू ना तोरना उसकी उड़ीक विच बस नू रोक के रखना कदी कदी उस कोलों टिकट के पैसे ना लैना कई बार बस का रूट ही बदल देना सिर्फ किदी खातर पाली डॉक्टर की खातर कई बार रूट ही बदल देना भावे इस विच कंडक्टर का कोई स्वार्थ भी नहीं जापता उन्हें बहुत बारी महसूस होंगे कि पाली नू कि मैं तो 300 रुपया महीना तनखाह लैनी हाँ तो मैनू मेरे लिए बस आ भाड़ा जड़ा है भाड़ा शब्द वरत्या भाड़ा शब्द नहीं किराया मेरे लिए तो कोई मायने नहीं रखता पर इसकी मेरे प्रति तवज्जो क्यों है इन्नी ज्यादा उन्हें कई बार फिर बस में सफर करना भी चंगा कई कारण करके नहीं लगता परंतु उसनू कोई जवाब नहीं देंदी उन्हें कई बार चंगा नहीं लगता उसनू अजिहा लगता कि सवारियां उहदे बारे की सोचदियां होणगियां सवारियां ने तो सोचना होया क्योंकि कई बार सवारियां दे नाल भी वह खैबड़ पैंदा किहदी खातर इस पाली डॉक्टर की खातर झगड़ा करन लग जांदा ते उहदा व्यवहार भी दूजियां सवारियां दे प्रति बिल्कुल वखरा एक बुढ़ी माई आंदी है भाड़ा दे लई 10 रुपए दिंदे ते उहनूं कहिंदे भाड़ा किन्ना कु ते पैसे मेरे को छुट्टे नहीं है पहले इहनां नूं तुड़वा के लियाओ असल विच उह कंडक्टर उस लेडी डॉक्टर नाल सच्चा ते पवित्र प्यार करता है वह उस विच अपनी मरी हुई भैन नूं वेखदा है जो कि 1947 दी वंड समय उस तो विछड़ चुकी है उस पाली लेडी डॉक्टर विच उसनू अपनी मरी हुई भैन दे नै नक्श नजर आते ने परंतु पाली नू कंडक्टर दे इस भेद बारे नहीं पता कि वह मेरे वाल इन्ना झुकाव क्यों करता उन्हों नहीं पता कि यह मेरा उचेचा ध्यान क्यों रखता है ये भेद तो उस दिन खुलता है जिस दिन एक टिकट चैकर टिकटा चैक करन दे लई बस विच एंटर करता है ते टिकट चैक करदा करदा किले किदे कोल पहुंच जांदा है पाली दे कोल पहुंच जांदा है ते उस तो टिकट की मंग करता है इस तो पहला कि पाली कुछ कहे कंडक्टर चैकर नू की कहंदा है ये तो मेरी भैन है इसे टिकट तो मेरे कोल है इस तरह पाली नू जदों इस तो पता लगता है कि कंडक्टर का मन भैन भरा दे प्यार नाल भरिया होया इन्ना भरपूर है वो उस नाल निर्छल बिल्कुल धोखे रह स्वार्थ रह पवित्र प्यार करता है ते वो उस दिन अपना शाम नू ना लेडी डॉक्टर पाली दे नाल अपना दिल दा राज सांझा करके इस गल दी गंढ खोलता है इस तरह दलीप कौर टिवाणा ने कहानीकार ने इस कहानी नू भावां दी लड़ी विच परो के ना बड़े कलात्मक ढंग नाल बड़े सोहने ढंग नाल इसकी पेशकारी की एक कहानी का सार है कि कहानी का सार बस कंडक्टर हुण इहदे अकॉर्डिंग तुसी क्वेश्चन्स कर लो 2 मार्क्स क्वेश्चन ते 1 मार्क क्वेश्चन क्योंकि 2 मार्क्स क्वेश्चन भी आने ने कहानी चो ते 1 मार्क एक कहानी चो आने हैं एक कवितावां चो आने ने एक एकांगी चो ठीक है 1 मार्क क्वेश्चन हुण आपां क्वेश्चन करिए पाली की बदली कित्थों कित्थे दी हो गई कौन दसेगा यस उसकी बदली कित्थों कित्थे दी हो गई जिस करके उन्हें सफर करना पै रहा रेज योर हैंड्स यस बेटे दिव्या दी तां बड़ी एक्टिव पार्टीसिपेशन है क्लास बेटे बाकी बच्चों की भी पार्टीसिपेशन होनी चाहिए है ना प्रियंशिका बोलो बच्चे कित्थों कित्थे दी हुई है बदली मैम नाभी तो पटियाला यस पाली डॉक्टर दी बदली
ਨਾਪੇ ਤੋਂ ਪਟਿਆਲੇ ਉਹਨੇ ਕੋਸ਼ਿਸ਼ ਕੀਤੀ ਹੈ ਬਦਲੀ ਰੁਕਵਾਉਣ ਦੀ ਪਰ ਬਦਲੀ ਰੁਕੀ ਨਹੀਂ ਹੈ ਕੋਸ਼ਿਸ਼ ਕਰਦੀ ਹੈ ਪਰ ਬਦਲੀ ਰੁਕਦੀ ਨਹੀਂ ਹੈ ਜਿਸ ਕਰਕੇ ਉਹਨੂੰ ਸਫ਼ਰ ਕਰਨਾ ਪੈਂਦਾ ਬੱਸ ਦਾ ਠੀਕ ਹੈ ਪੂਰੀ ਕਹਾਣੀ ਤੁਸੀਂ ਸਮਝੀ ਹੈ ਪੂਰੀ ਕਹਾਣੀ ਦਾ ਸਾਰ ਬੋਲਿਆ ਕਿ ਪਵਿੱਤਰ ਪਿਆਰ ਦੇ ਰਿਸ਼ਤੇ ਦੀ ਕਹਾਣੀ ਹੈ ਦੋ ਹੀ ਪਾਤਰ ਨੇ ਇਸ ਕਹਾਣੀ ਵਿੱਚ ਬੱਸ ਕੰਡਕਟਰ ਜੀਤ ਹੈ ਔਰ ਪਾਲੀ ਲੇਡੀ ਡਾਕਟਰ ਹੈ ਇਸ ਤੋਂ ਪਹਿਲਾਂ ਇਸ ਤੋਂ ਇਲਾਵਾ ਬੜੇ ਨਿਮਨ ਪਾਤਰ ਨੇ ਜਿਹੜੇ ਕਹਾਣੀ ਨੂੰ ਨੇਪਰੇ ਚਾੜਦੇ ਨੇ ਬੱਸ ਦੀਆਂ ਸਵਾਰੀਆਂ ਨੇ ਠੀਕ ਹੈ ਜਿਹੜੀਆਂ ਕਿ ਇਹਨਾਂ ਦੇ ਰਿਸ਼ਤੇ ਨੂੰ ਦੇਖ ਕੇ ਬਹੁਤ ਕੁਛ ਮਨ ਚ ਆਉਂਦਾ ਕਿਉਂਕਿ ਸਮਾਜ ਹੈ ਸਮਾਜ ਤਾਂ ਸ਼ੱਕ ਦੀ ਨਜ਼ਰ ਨਾਲ ਵੀ ਦੇਖਦਾ ਪਾਲੀ ਹਸਪਤਾਲ ਵਿੱਚ ਕੀ ਲੱਗੀ ਹੋਈ ਹੈ ਇੱਕ ਲੇਡੀ ਡਾਕਟਰ ਪਾਲੀ ਨੂੰ ਬੱਸ ਦੇ ਸਫ਼ਰ ਵਿੱਚ ਕੀ ਚੰਗਾ ਨਹੀਂ ਲੱਗਦਾ ਦੱਸੇਗਾ ਕੋਈ ਆਂਸਰ ਇਹ 1 ਮਾਰਕ ਵੀ ਬਣ ਸਕਦਾ ਟੂ ਮਾਰਕਸ ਵੀ ਕਿ ਪਾਲੀ ਨੂੰ ਕਿੱਥੋਂ ਕਿੱਥੇ ਸਫ਼ਰ ਕਰਨਾ ਪੈਂਦਾ ਤੇ ਉਹਨੂੰ ਸਫ਼ਰ ਕਰਨਾ ਚੰਗਾ ਕਿਉਂ ਨਹੀਂ ਲੱਗਦਾ ਇਹ 2 ਮਾਰਕਸ ਕੁਸ਼ਚਨ ਬਣ ਜਾਣ ਨਾਭੇ ਤੋਂ ਪਟਿਆਲੇ ਸਫ਼ਰ ਕਰਨਾ ਪੈਂਦਾ ਕਿਉਂਕਿ ਉਸਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ ਹੈ ਪਰ ਉਸਨੂੰ ਬੱਸ 'ਚ ਸਫ਼ਰ ਕਰਨਾ ਕਿਉਂ ਨਹੀਂ ਚੰਗਾ ਲੱਗਦਾ ਬੱਸ ਦੀ ਖੜਖੜ ਗਰਮੀ ਪਸੀਨਾ ਠੀਕ ਹੈ ਸਵਾਰੀਆਂ ਦੇ ਨਾਲ ਜੇ ਕੋਈ ਸਵਾਰੀ ਮੋਟੀ ਹੈ ਤਾਂ ਉਹਨੂੰ ਔਖਾ ਲੱਗਦਾ ਬੈਠਣਾ ਸਵਾਰੀਆਂ ਦੀ ਬੋਲ ਕਬੋਲ ਬੋਲਣਾ ਕਈ ਜਿਹੜੇ ਨੇ ਭੱਦੇ ਮਜ਼ਾਕ ਵੀ ਕਰਦੇ ਨੇ ਅਜਿਹਾ ਕਰਕੇ ਉਹਨੂੰ ਬੱਸ ਵਿੱਚ ਸਫ਼ਰ ਕਰਨਾ ਚੰਗਾ ਨਹੀਂ ਸੀ ਲੱਗਦਾ ਬੱਸ ਦਾ ਕੰਡਕਟਰ ਕਿਹੋ ਜਿਹੀ ਕਿਸਮ ਦਾ ਲੜਕਾ ਸੀ ਕਿਹੋ ਜਿਹੀ ਕਿਸਮ ਦਾ ਲੜਕਾ ਜੇ 1 ਵਰਡ ਦੇਣਾ ਹੋਵੇ ਬੋਲੋ ਬੱਚੇ ਕਿਹੋ ਜਿਹੀ ਕਿਸਮ ਦਾ ਲੜਕਾ ਹਾਂ ਇੱਕ ਵਰਡ ਬੋਲੋ ਟਿਪੀਕਲ ਵਰਡ ਇੱਕ ਜਾਂ ਦੋ ਸ਼ਬਦ ਹਾਂਜੀ ਬੋਲੋ ਬੱਚੇ ਸਾਰੇ ਬੱਚਿਆਂ ਨੇ ਕਹਾਣੀ ਦਾ ਸਾਰ ਸੁਣਿਆ ਨਾ ਰੇਂਸ਼ਿਕਾ ਸਾਊ ਸਾਊ ਇਮਾਨਦਾਰ ਠੀਕ ਹੈ ਸਾਊ ਤੇ ਇਮਾਨਦਾਰ ਲੜਕਾ ਹੈ ਕੰਡਕਟਰ ਨੇ ਉਸ ਮੁਸਾਫਰ ਨੂੰ ਦੱਸਿਆ ਕਿ ਸੋਰੀ ਕੰਡਕਟਰ ਨੇ ਮੁਸਾਫਰ ਨੂੰ ਪਾਲੀ ਬਾਰੇ ਕੀ ਦੱਸਿਆ ਪਾਲੀ ਬਾਰੇ ਮੁਸਾਫਰ ਨੂੰ ਕੀ ਦੱਸਿਆ ਜੋ ਕਿ ਮੁਸਾਫਰ ਚਾਹੁੰਦਾ ਕਿ ਇਹ ਕੀ ਲੱਗੀ ਹੋਈ ਹੈ ਕੀ ਦੱਸਿਆ ਕਿ ਇਹ ਹਸਪਤਾਲ ਵਿੱਚ ਲੇਡੀ ਡਾਕਟਰ ਹੈ ਸਰਦਾਰ ਨੂੰ ਪਾਲੀ ਦੀ ਕਿਹੜੀ ਗੱਲ ਚੰਗੀ ਲੱਗਦੀ ਸੀ ਇੱਕ ਸਰਦਾਰ ਸਵਾਰੀ ਹੈ ਉਹ ਰੋਜ਼ ਦੇਖਦਾ ਹੈ ਕਿ ਨਾਭੇ ਤੋਂ ਪਟਿਆਲੇ ਸਫ਼ਰ ਕਰਦੀ ਹੈ ਅਤੇ ਉਹ ਕੁੜੀ ਦੀ ਸਿਫਤ 'ਚ ਕੀ ਕਹਿੰਦਾ ਸਰਦਾਰ ਇਹ 2 ਮਾਰਕਸ ਕੁਸ਼ਚਨ ਵੀ ਹੈ ਯੈਸ ਕੀ ਕਹਿੰਦਾ ਸਰਦਾਰ ਬੋਲੋ ਬੱਚੇ ਹਾਂਜੀ ਬੱਟੇ ਬੋਲੋ ਸਰਦਾਰ ਇੱਕ ਸਵਾਰੀ ਹੈ ਉਹ ਕੀ ਕਹਿੰਦਾ ਹੈ ਉਸਦੇ ਮਨ ਵਿੱਚ ਲੇਡੀ ਡਾਕਟਰ ਪਾਲੀ ਬਾਰੇ ਕੀ ਵਿਚਾਰ ਆਉਂਦੇ ਨੇ ਹਾਂਜੀ ਬੱਟੇ ਦਿਵਿਆ ਸਰਦਾਰ ਪਾਲੀ ਬਾਰੇ ਕਹਿੰਦਾ ਹੈ ਕਿ ਉਸਨੇ ਪਾਲੀ ਨੂੰ ਬਹੁਤ ਵਾਰ ਪਟਿਆਲੇ ਜਾਂਦੇ ਵੇਖਿਆ ਹੈ ਪਰ ਉਹ ਕਦੇ ਵੀ ਬੋਲਦੀ ਨਹੀਂ ਹੈ ਯੈਸ ਪਾਲੀ ਵੱਲ ਦੇਖਦੇ ਹਾਂ ਕੀ ਕਹਿੰਦਾ ਜੇ 2 ਮਾਰਕਸ ਕੁਸ਼ਚਨ ਆਏ ਜੀ ਭਾਵੇਂ ਜਿੰਨਾ ਮਰਜ਼ੀ ਕੋਈ ਕਮਾਉਣ ਲੱਗ ਜਾਏ ਘਰਾਣਿਆਂ ਦੀਆਂ ਕੁੜੀਆਂ ਕਾਹਨੂੰ ਆਦਮੀਆਂ ਦੇ ਸਾਹਮਣੇ ਅੱਖਾਂ ਚੁੱਕਦੀਆਂ ਨੇ ਤੇ ਆਹ ਕੁੜੀ ਡਾਕਟਰ ਨਹੀਂ ਹੈ ਜਿਹੜੀ ਇਹਨੂੰ ਤਾਂ ਮੈਂ ਕਈ ਵਾਰ ਪਟਿਆਲੇ ਜਾਂਦੇ ਦੇਖਿਆ ਪਰ ਇਹ ਕੁੜੀ ਹੈ ਕਦੀ ਹੋਏ ਕਿ ਕਦੀ ਵੀ ਉਹ ਮੂੰਹ 'ਚ ਬੋਲ ਕੇ ਕਹਿੰਦਾ ਕਿ ਹੱਸ ਕੇ ਵੀ ਕਿ ਸੋਰੀ ਕਦੇ ਵੀ ਇਹਦੇ ਮੂੰਹ ਵਿੱਚ ਬੋਲ ਨਹੀਂ ਹੈ ਭਾਵ ਕਿ ਡਾਕਟਰਨੀ ਨੂੰ ਕਦੇ ਬੋਲਦਿਆਂ ਨਹੀਂ ਦੇਖਿਆ ਇਹ ਉਹਦੇ ਸ਼ਬਦ ਵਿੱਚ ਉਹਦੀ ਸਿਫਤ ਦੇ ਵਿੱਚ ਇਹ ਸ਼ਬਦ ਕਹੇ ਨੇ ਕਿਹਦੇ ਵੱਲੋਂ ਸਰਦਾਰ ਵੱਲੋਂ ਉਹਨੂੰ ਤੱਕਦਿਆਂ ਹੋਇਆ ਦੇਖ ਕੇ ਕਿ ਵਾਕਈ ਜਿਹੜੀਆਂ ਕੁੜੀਆਂ ਭਾਵੇਂ ਜਿੰਨਾ ਮਰਜ਼ੀ ਕਮਾਉਣ ਲੱਗ ਜਾਣ ਘਰਾਣਿਆਂ ਦੀਆਂ ਕੁੜੀਆਂ ਆਦਮੀਆਂ ਦੇ ਸਾਹਮਣੇ ਅੱਖਾਂ ਚੁੱਕੇ ਨਹੀਂ ਦੇਖਦੀਆਂ ਤੇ ਇਹੀ ਇਹ ਕੁੜੀ ਵਿੱਚ ਨਜ਼ਰ ਆਉਂਦਾ ਕਿਹੜੀ ਕੁੜੀ 'ਚ ਲੇਡੀ ਡਾਕਟਰ ਵਿੱਚ ਪਾਲੀ ਵਿੱਚ ਅੱਗੇ ਨੈਕਸਟ ਕੁਸ਼ਚਨ ਹੈ ਜੀਤ ਨੇ ਉਸਨੂੰ ਉਸ ਮੰਚਲੇ ਨੂੰ ਡਾਂਟਦਿਆਂ ਕੀ ਕਿਹਾ ਸੀ ਕਿ ਜਿਹੜਾ ਮੰਚਲਿਆ ਇੱਕ ਮੁਸਾਫਰ ਹੈ ਜਿਹੜਾ ਕਿ ਇਹਨਾਂ ਨੂੰ ਦੇਖ ਕੇ ਕੁਛ ਬੁੜਬੁੜਾਉਂਦਾ ਉਹਨੂੰ ਕੀ ਕਿਹਾ ਵਿਅੰਗ ਕੱਸਿਆ ਜਿਹਨੇ ਇਹਨਾਂ ਤੇ ਪਾਲੀ ਤੇ ਮਾੜਾ ਵਿਅੰਗ ਕੱਸਿਆ ਉਸੇ ਬਾਰੇ ਕੀ ਕਿਹਾ ਜਿਸ ਮੁਸਾਫਰ ਨੇ ਮੰਚਲੇ ਨੇ ਪਾਲੀ ਤੇ ਵਿਅੰਗ ਕੱਸਿਆ ਉਸ ਬਾਰੇ ਉਸਨੂੰ ਚੁੱਪ ਕਰਾਉਂਦੇ ਹੋਏ ਬੱਸ ਕੰਡਕਟਰ ਨੇ ਕੀ ਕਿਹਾ ਕਿਉਂ ਬਈ ਤੇਰੀ ਬੱਸ 'ਚ ਸਫ਼ਰ ਕਰਨ ਦੀ ਸਲਾਹ ਹੈ ਕਿ ਲਾ ਦਿਆਂ ਭੁੱਜੇ ਤੈਨੂੰ ਨੈਕਸਟ ਮਾਈ ਨੇ ਟੁੱਟੇ ਪੈਸੇ ਨਾ ਹੋਣ ਤੇ ਕੰਡਕਟਰ ਉਸਨੇ ਉਸਨੂੰ ਕੀ ਕਿਹਾ
ਮਾਈ ਨੇ ਕੰਡਕਟਰ ਨੂੰ ਕੀ ਕਿਹਾ ਕਿ ਉਸ ਕੋਲ ਟੁੱਟੇ ਪੈਸੇ ਨਹੀਂ ਹਨ ਉਹ ਪੈਸੇ ਤੁੜਵਾ ਕੇ ਲੈ ਕੇ ਆਵੇ ਪਰ ਉਸਨੂੰ ਕੀ ਕਿਹਾ ਪਾਲੀ ਨੂੰ ਕਿਹਾ ਕੋਈ ਗੱਲ ਨਹੀਂ ਤੁਸੀਂ ਪੈਸੇ ਨਹੀਂ ਹਨ ਤਾਂ ਕੋਈ ਗੱਲ ਨਹੀਂ ਉਹਦੇ ਨਾਲ ਵਿਵਹਾਰ ਉਸਦਾ ਵੱਖਰਾ ਤੇ ਉਹਨੂੰ ਕੀ ਕਿਹਾ ਕਿ ਤੁਸੀਂ ਬੱਸ ਤੋਂ ਉਤਰ ਕੇ ਪੈਸੇ ਬਣਵਾ ਕੇ ਲਿਆਓ ਜੀਤ ਕੰਡਕਟਰ ਨੇ ਕਿੱਥੇ ਜਾ ਕੇ ਬੱਸ ਰੋਕ ਕੇ ਪਾਲੀ ਨੂੰ ਉਤਰਨ ਲਈ ਕਿਹਾ ਕਿੱਥੇ ਜਾ ਕੇ ਉਤਰਨ ਲਈ ਕਿਹਾ ਪੂਲ ਸਿਨੇਮੇ ਕੋਲ ਭਰੀ ਹੋਈ ਬੱਸ ਵਿੱਚੋਂ ਕੰਡਕਟਰ ਕਿੰਨਾ ਸਵਾਰੀਆਂ ਨੂੰ ਉਤਰਨ ਲਈ ਕਹਿ ਰਿਹਾ ਜਿਹੜੀਆਂ ਬਿਨਾਂ ਟਿਕਟੋਂ ਸਵਾਰੀਆਂ ਨੇ ਨਾ ਜਦੋਂ ਬੱਸ ਵਿੱਚ ਬਹੁਤ ਜ਼ਿਆਦਾ ਭੀੜ ਹੋ ਗਈ ਨਾ ਤਾਂ ਬਹਾਨਾ ਕਰਦਾ ਕਿ ਜਿਹੜੀਆਂ ਬਿਨਾਂ ਟਿਕਟ ਦੇ ਸਵਾਰੀਆਂ ਨੇ ਨਾ ਉਤਰ ਜਾਓ ਤਾਂ ਜੋ ਪਾਲੀ ਨੂੰ ਕੋਈ ਮੁਸ਼ਕਿਲ ਨਾ ਆਏ ਧੱਕਮ ਧੱਕੇ ਦੇ ਵਿੱਚ ਪਾਲੀ ਦਾ ਧਿਆਨ ਰੱਖਦੇ ਹੋਏ ਉਹ ਜਦੋਂ ਬੱਸ ਵਿੱਚ ਭੀੜ ਜ਼ਿਆਦਾ ਹੋ ਜਾਂਦੀ ਹੈ ਤਾਂ ਵਾਧੂ ਸਵਾਰੀਆਂ ਨੂੰ ਉਤਰਨ ਦੇ ਲਈ ਕਹਿੰਦਾ ਕੰਡਕਟਰ ਨੇ ਭਰੀ ਹੋਈ ਬੱਸ ਵਿੱਚ ਪਾਲੀ ਨੂੰ ਕਿੱਥੇ ਬੈਠਣ ਲਈ ਕਿਹਾ ਅਗਲੀ ਬੱਸ ਅਗਲੀ ਸੀਟ ਤੇ ਪਾਲੀ ਕਿਉਂ ਜਿਹਾ ਸਵਾਰੀਆਂ ਨਾਲ ਬੈਠਣਾ ਪਸੰਦ ਨਹੀਂ ਕਰਦੀ ਮੋਟੀਆਂ ਸਵਾਰੀਆਂ ਦੇ ਨਾਲ ਉਹਦੇ ਨਾਲ ਬੈਠਣ ਤੇ ਕੀ ਅਸਰ ਹੁੰਦਾ ਉਹਦੇ ਕਿ ਮੋਟੀ ਸਵਾਰੀ ਨਾਲ ਬੈਠੇਗੀ ਤਾਂ ਇੱਕ ਤਾਂ ਆਰਾਮਦਾਇਕ ਨਹੀਂ ਬੈਠ ਸਕਦੀ ਉਹਦੇ ਕੱਪੜਿਆਂ ਤੇ ਵੱਟ ਪੈਂਦੇ ਨੇ ਦੂਜਾ ਪਸੀਨੇ ਦੀ ਬਦਬੂ ਵੀ ਆਏਗੀ ਜਿਸ ਨਾਲ ਉਹ ਘਬਰਾ ਜਾਂਦੀ ਹੈ ਪਾਲੀ ਦੀ ਤਨਖਾਹ ਕਿੰਨੀ ਹੈ 300 ਰੁਪਏ ਮਹੀਨਾ ਰੋਜ਼ ਪਟਿਆਲੇ ਜਾਣ ਵਾਲੇ ਕਲਰਕ ਨੇ ਪਾਲੀ ਤੇ ਕਿਹੜਾ ਵਿਅੰਗ ਕੱਸਿਆ ਮੀਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਜਾਓਗੀ ਮੀਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਜਾਏਗੀ ਜਦੋਂ ਚੈੱਕਰ ਟਿਕਟਾਂ ਚੈੱਕ ਕਰ ਰਿਹਾ ਸੀ ਤਾਂ ਪਾਲੀ ਦੀ ਹਾਲਤ ਕਿਉਂ ਜੀ ਸੀ ਤੇਲੀਓ ਤੇਲੀ ਹੋ ਗਈ ਹੈ ਘਬਰਾ ਗਈ ਅਰਥਾਤ ਘਬਰਾ ਗਈ ਕਿ ਜਦੋਂ ਉਹਨੇ ਮੇਰੇ ਤੋਂ ਟਿਕਟ ਮੰਗੀ ਤਾਂ ਮੈਂ ਕੀ ਕਹਾਂਗੀ ਆਪਣੇ ਆਪ 'ਚ ਸ਼ਰਮਿੰਦਗੀ ਮਹਿਸੂਸ ਕਰਦੀ ਹੈ ਕਿ ਮੈਂ ਤਾਂ ਸ਼ਰਮ ਨਾਲ ਪਾਣੀ ਪਾਣੀ ਹੋ ਜਾਊਂਗੀ ਮੇਰੇ ਕੋਲ ਤਾਂ ਟਿਕਟ ਹੀ ਹੈ ਨਹੀਂ ਇਹ ਬੇਬੀ ਇਹ ਬੀਬੀ ਮੇਰੀ ਭੈਣ ਹੈ ਇਸਦਾ ਟਿਕਟ ਮੇਰੇ ਕੋਲ ਹੈ ਇੱਕ ਸ਼ਬਦ ਕਿਸਨੇ ਕਿਸ ਨੂੰ ਕਹੇ ਇਹ ਸ਼ਬਦ ਬੱਸ ਕੰਡਕਟਰ ਪਾਲੀ ਨੇ ਬੱਸ ਕੰਡਕਟਰ ਜੀਤ ਨੇ ਪਾਲੀ ਦੇ ਵੱਲ ਇਸ਼ਾਰਾ ਕਰਦਿਆਂ ਟਿਕਟ ਚੈੱਕਰ ਨੂੰ ਕਹੇ ਕਿ ਮੇਰੀ ਭੈਣ ਹੈ ਇਸਦਾ ਮੇਰਾ ਭੈਣ ਵਾਲਾ ਰਿਸ਼ਤਾ ਹੈ ਸ਼ਾਮ ਨੂੰ ਜਦੋਂ ਪਾਲੀ ਬੱਸ ਅੱਡੇ ਤੇ ਪਹੁੰਚੀ ਤਾਂ ਜੀਤ ਉਸਨੂੰ ਕਿਸ ਹਾਲਤ ਵਿੱਚ ਮਿਲਿਆ ਬੜੀ ਉਦਾਸੀ ਭਰੀ ਹਾਲਤ ਵਿੱਚ ਮਿਲਿਆ ਉਹਦੇ ਨਾਲ ਕਿਉਂਕਿ ਆਪਣੇ ਦਿਲ ਦਾ ਰਾਜ਼ ਸਾਂਝਾ ਕਰਨਾ ਚਾਹੁੰਦਾ ਜੀਤ ਨੇ ਪਾਲੀ ਨੂੰ ਆਪਣੀ ਭੈਣ ਬਾਰੇ ਕੀ ਦੱਸਿਆ ਆਪਣੀ ਭੈਣ ਬਾਰੇ ਕਿ ਉਹ ਉਸਦੀ ਭੈਣ ਲਾਹੌਰ ਪਾਕਿਸਤਾਨ ਵਿਖੇ ਡਾਕਟਰੀ ਪੜ੍ਹਦੀ ਸੀ ਤੇ ਕਿਸਦਾ ਸ਼ਿਕਾਰ ਹੋ ਗਈ ਹੈ ਦੰਗਿਆਂ ਦਾ ਸ਼ਿਕਾਰ ਹੋ ਗਈ ਇਸ ਸਮੇਂ ਦੇ ਦੰਗੇ 1947 ਦੇ ਅੰਤ ਵਿੱਚ ਪਾਲੀ ਕੰਡਕਟਰ ਨੂੰ ਕਿਸ ਨੀਅਤ ਨਾਲ ਦੇਖਦੀ ਹੈ ਕਿਹੜੀ ਨੀਅਤ ਨਾਲ ਪਹਿਲਾਂ ਜਦਕਿ ਉਸਦੇ ਮਨ ਵਿੱਚ ਵਿਚਾਰ ਆਉਂਦੇ ਆ ਕਿ ਇਹਦਾ ਮੇਰੇ ਨਾਲ ਰਿਸ਼ਤਾ ਕੀ ਹੈ ਉਹਨੂੰ ਬਹੁਤ ਵਾਰੀ ਚੰਗਾ ਵੀ ਨਹੀਂ ਲੱਗਦਾ ਕਿ ਮੇਰੇ ਵੱਲ ਜ਼ਿਆਦਾ ਉਚੇਚਾ ਧਿਆਨ ਕਿਉਂ ਰੱਖਦਾ ਪਰ ਜਦੋਂ ਆਪਣੇ ਦਿਲ ਦਾ ਰਾਜ਼ ਸਾਂਝਾ ਕਰਦਾ ਹੈ ਤਾਂ ਅੰਤ ਵਿੱਚ ਪਾਲੀ ਕੰਡਕਟਰ ਨੂੰ ਕਿਹੜੀਆਂ ਨਜ਼ਰਾਂ ਨਾਲ ਮੋਹ ਭਿੱਜੀਆਂ ਮੋਹ ਮੀਨਸ ਪਿਆਰ ਭਿੱਜੀਆਂ ਨਜ਼ਰਾਂ ਨਾਲ ਤੱਕਦੀ ਹੈ ਕਿਸੇ ਲਿਖੀ ਹੋਈ ਹੈ ਕਹਾਣੀ ਦਲੀਪ ਕੌਰ ਟਿਵਾਣਾ ਦੀ ਲਿਖੀ ਹੋਈ ਕਹਾਣੀ ਹੈ ਮਨੋਵਿਗਿਆਨਕ ਕਹਾਣੀ ਹੈ ਹੁਣ ਹੈ 2 ਮਾਰਕਸ ਕੁਸ਼ਚਨਸ 25-30 ਸ਼ਬਦਾਂ ਵਾਲੇ ਕੁਸ਼ਚਨਸ ਦੇਖੋ ਜਿਹੜੇ ਕਿ ਪੇਪਰ 'ਚ ਵੀ 2 ਮਾਰਕਸ ਦੇ ਅਕੋਰਡਿੰਗ ਹੀ ਆਉਣੇ ਨੇ ਲੇਡੀ ਡਾਕਟਰ ਪਾਲੀ ਨੂੰ ਨਾਭੇ ਤੋਂ ਪਟਿਆਲੇ ਕਿਉਂ ਜਾਣਾ ਪੈਂਦਾ ਯੈਸ ਬੇਟੇ ਆਂਸਰ ਕੌਣ ਬੋਲੇਗਾ ਹੁਣ ਤਾਂ ਪੂਰਾ ਚੈਪਟਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਆਇਆ 4 ਵੀ ਆਂਸਰ ਬੋਲੋ ਬੇਟੇ ਯੈਸ ਬੱਚੇ 4 ਵੀ ਡਰਿਆ ਬੋਲੋ ਬੱਚੇ ਆਂਸਰ ਲੇਡੀ ਡਾਕਟਰ ਜਿਹੜੀ ਪਾਲੀ ਹੈ ਉਹ ਨਾਭੇ ਤੋਂ ਪਟਿਆਲੇ ਉਹਨੂੰ ਕਿਉਂ ਜਾਣਾ ਪੈਂਦਾ 2 ਲਾਈਨਸ ਆਂਸਰ ਦੇਣਾ ਇਹ ਤਾਂ ਪਤਾ ਹੀ ਹੈ ਕਿਉਂ ਜਾਣਾ ਪੈਂਦਾ ਇਹ 2 ਗਰਲਸ ਹੀ ਦੇ ਰਹੀ ਹੈ ਜਵਾਬ ਔਰ ਅੱਜ ਇੰਨੀ ਸਟਰੈਂਥ ਘੱਟ ਹੈ ਦੇਖੋ ਔਨਲਾਈਨ ਕਲਾਸਿਸ ਲੱਗ ਰਹੀਆਂ ਤਾਂ ਇਹਦਾ ਮਤਲਬ ਇਹ ਹੋਊਗਾ ਕਿ ਬੱਚਿਆਂ ਨੇ ਕਲਾਸਿਸ ਹੀ ਨਹੀਂ ਲਗਾਉਣੀਆਂ ਹਾਂਜੀ ਬੇਟੇ ਬੋਲੋ ਰਿਅੰਸ਼ਿਕਾ ਹੀ ਬੋਲੇਗੀ ਫਿਰ ਆਂਸਰ ਹਾਂਜੀ ਬੱਚੇ
ਰੇਨਸ਼ਿਕਾ ਬੋਲੋ ਬੇਟੇ ਆਨਸਰ। ਮੈਮ ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਹੋ ਗਈ ਸੀ। ਘਰ ਵਾਲੇ ਯਤਨ ਕਰ ਰਹੇ ਸਨ ਕਿ ਬਦਲੀ ਰੁਕਵਾ ਲਈ ਜਾਵੇ। ਉਹ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਕੇ ਹਰ ਰੋਜ਼ ਸਵੇਰੇ ਚਲੀ ਜਾਂਦੀ ਤੇ ਆਥਣ ਨੂੰ ਪਰਤ ਆਉਂਦੀ। ਯੈਸ ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਹੋ ਚੁੱਕੀ ਸੀ। ਉਸਦੇ ਘਰ ਵਾਲਿਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਬਦਲੀ ਰੁਕਵਾ ਲਈ ਜਾਵੇ, ਕਿਉਂਕਿ ਉਸਨੂੰ ਸਫ਼ਰ ਕਰਨਾ ਬਹੁਤ ਮੁਸ਼ਕਿਲ ਲੱਗਦਾ ਸੀ। ਇਸ ਕਰਕੇ ਉਨੀ ਦੇਰ ਉਸਨੂੰ ਪਟਿਆਲੇ ਹੀ ਜਾਣਾ ਪੈਂਦਾ ਸੀ ਜਿੰਨੀ ਦੇਰ ਬਦਲੀ ਰੁਕ ਨਹੀਂ ਜਾਂਦੇ। ਕਿੱਥੇ ਜਾਣਾ ਪੈ ਰਿਹਾ ਉਹਨੂੰ? ਪਟਿਆਲੇ ਜਾਣਾ ਪੈਂਦਾ ਹੈ। ਨੈਕਸਟ, ਪਾਲੀ ਨੂੰ ਬੱਸ ਦਾ ਸਫ਼ਰ ਚੰਗਾ ਕਿਉਂ ਨਹੀਂ ਸੀ ਲੱਗਦਾ? ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਕਿ ਪਾਲੀ ਨੂੰ ਬੱਸ ਦੀ ਖੜਖੜ ਖੜਖੜ ਦੀ ਆਵਾਜ਼, ਗਰਮੀ, ਪਸੀਨਾ, ਭੀੜ, ਕੰਡਕਟਰਾਂ ਦਾ ਬੇਹੁਦਾ ਮਜ਼ਾਕ, ਭੈੜੇ ਬੋਲ ਸਵਾਰੀਆਂ ਦੇ ਉਸਨੂੰ ਚੰਗੇ ਨਹੀਂ ਲੱਗਦੇ। ਇਸ ਕਰਕੇ ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਉਹਨੂੰ ਬੱਸ ਦਾ ਸਫ਼ਰ ਕਰਨਾ ਵੀ ਚੰਗਾ ਨਹੀਂ ਲੱਗਦਾ। ਕਿਸੇ ਪਾਲੀ ਬਾਰੇ ਪੁੱਛਣ 'ਤੇ ਕੰਡਕਟਰ ਅਜੀਤ ਨੇ ਉਸਨੂੰ ਉੱਤਰ ਦਿੱਤਾ, ਇੱਕ ਮੁਸਾਫਰ ਨੇ ਜਦੋਂ ਕੰਡਕਟਰ ਨੂੰ ਪਾਲੀ ਦੇ ਬਾਬਤ ਪੁੱਛਿਆ ਕਿ ਕੁੜੀ ਕੀ ਕਰਦੀ ਹੈ ਤਾਂ ਉਹਨੇ ਦੱਸਿਆ ਕਿ ਹਸਪਤਾਲ ਦੇ ਵਿੱਚ ਵੱਡੀ ਡਾਕਟਰਨੀ ਲੱਗੀ ਹੋਈ ਹੈ ਔਰ ਇਹ 300 ਰੁਪਏ ਤਨਖਾਹ ਲੈਂਦੀ ਹੈ। ਇਹ ਸੁਣ ਕੇ ਉਹ ਆਦਮੀ ਹੈਰਾਨ ਹੋ ਗਿਆ ਕਿ ਅੱਜ ਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਨਾਲੋਂ ਵੱਧ ਕਮਾਉਂਦੀਆਂ ਹਨ। ਇੱਕ ਸਰਦਾਰ ਨੇ ਪਾਲੀ ਬਾਰੇ ਕੀ ਕਿਹਾ? ਉਹ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਸਰਦਾਰ ਨੇ ਪਾਲੀ ਦੇ ਘਰਾਣੇ ਦੀ ਸਿਫਤ ਕਰਦਿਆਂ ਕਿਹਾ, ਚੰਗੇ ਘਰਾਂ ਦੀਆਂ ਕੁੜੀਆਂ ਕਿਸੇ ਦੇ ਅੱਗੇ ਅੱਖ ਚੁੱਕ ਕੇ ਨਹੀਂ ਚੱਕਦੀਆਂ, ਭਾਵੇਂ ਜਿੰਨਾ ਮਰਜ਼ੀ ਕਮਾਉਣ ਲੱਗ ਜਾਣ। ਇਹੀ ਕੁਛ ਇਸ ਕੁੜੀ ਦੀ ਸਿਫਤ ਹੈ ਕਿ ਇਹ ਕੁੜੀ ਨੂੰ ਮੈਂ ਰੋਜ਼ ਪਟਿਆਲੇ ਸਫ਼ਰ ਕਰਦਿਆਂ ਦੇਖਦਾ, ਪਟਿਆਲੇ ਜਾਂਦਿਆਂ ਦੇਖਦਾ, ਪਰ ਮਜ਼ਾਲ ਹੈ ਕਿ ਇਸ ਕੁੜੀ ਨੇ ਕਦੀ ਵੀ ਅੱਖ ਚੁੱਕ ਕੇ ਕੋਈ ਗੱਲ ਕੀਤੀ ਹੋਵੇ। ਨੈਕਸਟ, ਆਪਣੇ ਆਪ ਵਿੱਚ ਇਹ ਹਮੇਸ਼ਾ ਮਸਤ ਰਹਿੰਦੀ ਹੈ। ਕੰਡਕਟਰ ਜੀ ਦੀ ਕਮਾਈ ਮੁਸਾਫ਼ਰ ਨਾਲ ਟਿਕਟ ਦੇ ਪੈਸਿਆਂ ਨੂੰ ਲੈ ਕੇ ਕੀ ਬਹਿਸ ਚੱਲਦੀ ਹੈ? ਜਦੋਂ ਇੱਕ ਮਾਈ ਬੱਸ ਵਿੱਚ ਚੜ੍ਹਦੀ ਹੈ ਤੇ ਉਹ ਟਿਕਟ ਲੈਣ ਵਾਸਤੇ ਕੀ ਦਿੰਦੀ ਹੈ? ਬੱਸ ਕੰਡਕਟਰ ਜੀਤ ਨੂੰ 10 ਰੁਪਏ ਦਾ ਨੋਟ ਦਿੰਦੀ ਹੈ ਤਾਂ ਥੋੜਾ ਜਿਹਾ ਖਿੱਚ ਕੇ ਪੈਂਦਾ। ਕੀ ਕਹਿੰਦਾ? ਨੋਟ ਤੜਵਾ ਕੇ ਲਿਆਓ। ਜਦੋਂ ਮਾਂ ਬੁੱਢੀ ਮਾਈ ਕਹਿੰਦੀ ਕਿ ਕਿਤੇ ਬੱਸ ਨਾ ਤੁਰ ਜਾਵੇ, ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੇਵੀਂ, ਤਾਂ ਕੰਡਕਟਰ ਇਸ ਗੱਲ ਤੇ ਖਿੱਚ ਕੇ ਚੁੱਪ ਕਰ ਜਾਂਦਾ। ਪਰ ਅਜਿਹਾ ਵਿਵਹਾਰ ਉਸਦੇ ਪ੍ਰਤੀ ਅਜਿਹਾ ਵਿਵਹਾਰ ਨਹੀਂ ਹੈ। ਕਿਸੇ ਪ੍ਰਤੀ? ਪਾਲੀ ਦੇ ਪ੍ਰਤੀ। ਇੱਕ ਦਿਨ ਕੰਡਕਟਰ ਬੱਸ ਨੂੰ ਕਿਹੜੇ ਦੂਜੇ ਰਸਤੇ ਰਾਹੀਂ ਲਿਜਾਂਦਾ ਹੈ? ਕਿਉਂ? ਇੱਕ ਦਿਨ ਕੰਡਕਟਰ ਬੱਸ ਨੂੰ ਨੀਲੇ ਭਵਨ ਵੱਲ ਲਿਜਾਣ ਲਈ ਕਹਿੰਦਾ ਹੈ। ਉਸਦਾ ਰੂਟ ਬਦਲਣ ਦਾ ਕਾਰਨ ਕੀ ਹੈ? ਰੂਟ ਹੀ ਬਦਲ ਲੈਂਦਾ ਹੈ। ਕਾਰਨ ਕੀ ਹੈ? ਕਿ ਪਾਲੀ ਲੇਟ ਹੋ ਰਹੀ ਹੈ ਤੇ ਪਾਲੀ ਨੂੰ ਉਹ ਹਸਪਤਾਲ ਦੇ ਨੇੜੇ ਹੀ ਉਤਾਰਨਾ ਚਾਹੁੰਦਾ ਹੈ। ਭਾਵੇਂ ਸਵਾਰੀਆਂ ਮੂੰਹ ਵਿੱਚ ਬੁੜਬੁੜ ਕਰਦੀਆਂ ਨੇ, ਮਨੋ ਇਤਰਾਜ਼ ਕਰਦੀਆਂ ਨੇ, ਪਰ ਉਹ ਕਿਸੇ ਦੀ ਵੀ ਪਰਵਾਹ ਨਹੀਂ ਕਰਦਾ। ਇਹ ਬਸ ਇਸ ਤੋਂ ਜ਼ਿਆਦਾ ਐਕਸੀਡ ਨਹੀਂ ਕਰਨੇ ਸ਼ਬਦ। 3 ਲਾਈਨਾਂ ਤੋਂ ਵੱਧ ਆਨਸਰ ਕਹਾਣੀ ਦੇ ਕੁਐਸਚਨਾਂ ਦੇ ਨਹੀਂ ਦੇਣੇ ਹਨ ਤੁਸੀਂ, ਠੀਕ ਹੈ? ਨੈਕਸਟ, ਜਿਸ ਦਿਨ ਬੱਸ ਵਿੱਚ ਭੀੜ ਸੀ ਤਾਂ ਕੰਡਕਟਰ ਨੇ ਪਾਲੀ ਨੂੰ ਸੀਟ ਦੇਣ ਲਈ ਕੀ ਕੀਤਾ? ਜਿਸ ਦਿਨ ਦੇਖਿਆ ਕਿ ਬੱਸ ਵਿੱਚ ਬਹੁਤ ਜ਼ਿਆਦਾ ਭੀੜ ਹੋ ਗਈ ਸਵਾਰੀਆਂ ਦੀ ਤੇ ਪਾਲੀ ਜਦੋਂ ਬੱਸ ਅੱਡੇ ਤੇ ਪੁੱਜੀ, ਕੰਡਕਟਰ ਨੇ ਬਿਨਾਂ ਟਿਕਟ ਤੋਂ ਸਵਾਰੀਆਂ ਨੂੰ ਨਾ ਬੱਸ ਤੋਂ ਉਤਾਰਨ ਦੇ ਲਈ ਕਹਿ ਦਿੱਤਾ। ਪਰੰਤੂ ਪਾਲੀ ਦੇ ਲਈ ਉਸਨੇ ਨਿਵੇਕਲੀ ਸੀਟ ਦਾ ਪ੍ਰਬੰਧ ਕੀਤਾ ਹੋਇਆ ਸੀ ਤੇ ਪਾਲੀ ਨੂੰ ਕੀ ਕਹਿੰਦਾ? ਤੁਸੀਂ ਚੁੱਪ ਕਰਕੇ ਅਗਲੀ ਸੀਟ ਤੇ ਜਾ ਕੇ ਬੈਠ ਜਾਓ, ਤੁਹਾਡੇ ਲਈ ਸੀਟ ਰੱਖੀ ਹੋਈ ਹੈ। ਜਦੋਂ ਕੰਡਕਟਰ ਨੇ ਪਾਲੀ ਕੋਲੋਂ ਟਿਕਟ ਦੇ ਪੈਸੇ ਨਾ ਲਏ ਤਾਂ ਪਾਲੀ ਉਸ ਬਾਰੇ ਕੀ ਸੋਚਣ ਲੱਗੀ? ਉਹਨੂੰ ਜਦੋਂ ਕੰਡਕਟਰ ਨੇ ਪਾਲੀ ਤੋਂ ਟਿਕਟ ਦੇ ਪੈਸੇ ਨਹੀਂ ਲੈਂਦਾ ਨਾ ਤਾਂ ਉਹਨੂੰ ਚੰਗਾ ਨਹੀਂ ਲੱਗਦਾ ਕਿ ਅਜਿਹਾ ਕਿਉਂ ਕਰਦਾ। ਫਿਰ ਉਹ ਮਹਿਸੂਸ ਕਰ ਰਹੀ ਸੀ ਕਿ ਮੇਰੇ ਤਾਂ 300 ਰੁਪਏ ਤਨਖਾਹ ਹੈ, 300 ਰੁਪਏ ਤਨਖਾਹ ਵਾਲੀ ਦੇ ਲਈ ਤਾਂ ਇਹ ਭਾੜਾ, ਇਹ ਕਿਰਾਇਆ ਕੋਈ ਮਾਇਨੇ ਨਹੀਂ ਰੱਖਦਾ ਕਿ 10.5 ਆਨੇ ਭਾੜਾ ਉਸ ਲਈ ਕੀ ਚੀਜ਼ ਰੱਖਦਾ ਹੈ। ਇੱਕ ਦਿਨ ਪਾਲੀ ਦੇ ਲੇਟ ਆਉਣ ਤੇ ਕੰਡਕਟਰ ਨੇ ਕੀ ਕੀਤਾ? ਜਦੋਂ ਪਾਲੀ 5 ਕੁ ਮਿੰਟ ਲੇਟ ਆਈ ਤਾਂ ਜੀਤ ਦੀ ਬੱਸ ਚਲੀ ਜਾਵੇ, ਉਹਨੇ ਤਾਂ ਜਾਣ ਬੁੱਝ ਕੇ ਲੇਟ ਆਈ ਹੈ ਕਿ ਉਹ ਇਹਦੀ ਬੱਸ 'ਚ ਜਾਣਾ ਹੀ ਨਹੀਂ ਕਿ ਉਹ ਦੂਜੀ ਬੱਸ 'ਚ ਹੀ ਜਾਏਗੀ। ਪਰੰਤੂ ਜੀਤ ਨੇ ਪਾਲੀ ਦੀ ਇੰਤਜ਼ਾਰ ਵਿੱਚ ਬੱਸ ਤੋਰੀ ਨਹੀਂ, ਰੁਕਵਾ ਕੇ ਰੱਖੀ ਹੈ। ਡਰਾਈਵਰ ਭਾਵੇਂ ਬੱਸ ਲਿਜਾਉਣ ਲਈ ਕਾਹਲਾ ਪੈ ਰਿਹਾ ਹੈ ਪਰ ਉਹ ਵੀ ਡਰਾਈਵਰ ਦੀ ਵੀ ਪਰਵਾਹ ਨਹੀਂ ਕੀਤੀ। ਕਿਹਦੇ ਆਉਣ 'ਤੇ ਬੱਸ ਤੋਰੀ? ਪਾਲੀ ਦੀ ਆਉਣ 'ਤੇ ਹੀ ਉਸਨੇ ਬੱਸ ਨੂੰ ਤੋਰਿਆ।
ਜਿਸ ਦਿਨ ਕੰਡਕਟਰ ਨੇ ਪਾਲੀ ਕੋਲੋਂ ਟਿਕਟ ਦੇ ਪੈਸੇ ਨਾ ਲਏ ਤਾਂ ਉਹ ਕੀ ਉਹਨੂੰ ਫਿਰ ਉਹ ਜਦੋਂ ਦੂਸਰੀ ਵਾਰੀ ਵੀ ਉਹਨੇ ਪੈਸੇ ਲਿਆ ਉਹਨੂੰ ਗੁੱਸਾ ਵੀ ਆ ਗਿਆ। ਪਹਿਲਾਂ ਤਾਂ ਉਹ ਚੁੱਪ ਰਹੀ ਕਿ ਚੰਗਾ ਨਹੀਂ ਲੱਗਿਆ, ਮਹਿਸੂਸ ਕਰਦੀ ਹੈ ਕਿ ਉਸਦੀ ਇੰਨੀ ਤਨਖਾਹ ਹੈ ਅਤੇ ਉਹਦੇ ਲਈ ਇਹ ਭਾੜਾ ਤਾਂ ਕੁਝ ਵੀ ਨਹੀਂ ਹੈ। ਫਿਰ ਉਹਨੂੰ ਜਦੋਂ ਦੂਜੇ ਦਿਨ ਵੀ ਉਸ ਤੋਂ ਪੈਸੇ ਨਹੀਂ ਨਾ ਲਏ ਤਾਂ ਉਹਨੂੰ ਗੁੱਸਾ ਵੀ ਆਇਆ ਆਪਣੇ ਆਪ ਉਹਦੇ 'ਤੇ। ਉਹ ਆਪਣੇ ਆਪ ਨੂੰ ਬੇਈਮਾਨ ਨਹੀਂ ਸੀ ਖਵਾਉਣਾ ਚਾਹੁੰਦੇ ਕਿ ਮੈਂ ਤਾਂ ਇਸ ਤਰ੍ਹਾਂ ਬੇਈਮਾਨੀ ਦੇ ਰਸਤੇ 'ਤੇ ਤੁਰ ਪਵਾਂਗੀ। ਉਹ ਉਸਨੂੰ ਉਸ ਕੰਪਨੀ ਨਾਲ ਧੋਖਾ ਵੀ ਸਮਝ ਰਹੀ ਸੀ ਜਿਸ ਕੰਪਨੀ ਦਾ ਉਹ ਡਰਾਈਵਰ, ਜਿਸ ਕੰਪਨੀ ਦਾ ਉਹ ਕੰਡਕਟਰ ਹੈ। ਕੀ ਤਾਂ ਆਪਣੀ ਕੰਪਨੀ ਨਾਲ ਵੀ ਧੋਖਾ ਕਰ ਰਿਹਾ, ਕੀ ਕਰਦਾ ਕਿੱਦਾਂ ਹੋਣਾ? ਇਹ ਨਹੀਂ ਪਤਾ ਕਿ ਉਹ ਆਪਣੀ ਜੇਬ ਖਰਚ ਵਿੱਚੋਂ ਉਹਦੇ ਲਈ ਕਿਰਾਇਆ ਆਪ ਦਿੰਦਾ ਹੈ। ਚੈਕਰ ਦੇ ਆਉਣ 'ਤੇ ਵੀ ਪਾਲੀ ਕੀ ਸੋਚਣ ਲੱਗੀ, ਘਬਰਾ ਗਈ, ਤੇਲੀਓ ਤੇਲੀ ਹੋ ਗਈ। ਸੋਚਣ ਲੱਗੀ ਕੀ ਬਹਾਨਾ ਬਣਾਇਆ ਜਾਵੇ। ਜਦੋਂ ਚੈਕਰ ਉਹਦੇ ਸਿਰ 'ਤੇ ਆ ਕੇ ਖੜਾ ਹੋ ਗਿਆ, ਉਹਨੇ ਟਿਕਟ ਦੀ ਮੰਗ ਕੀਤੀ। ਉਹ ਸੋਚ ਹੀ ਰਹੀ ਸੀ ਕਿ ਹੁਣ ਜੇ ਮੈਂ ਕੰਡਕਟਰ ਨੇ ਮੈਨੂੰ ਤਾਂ ਟਿਕਟ ਹੀ ਨਹੀਂ ਦਿੱਤੀ, ਮੈਂ ਇਹੀ ਕਹਿ ਦਾਂਗੀ। ਫਿਰ ਸੋਚਣ ਲੱਗੀ ਵਿਚਾਰਾ ਫਸਟ ਆਏਗਾ, ਕੌਣ? ਕੰਡਕਟਰ। ਫਿਰ ਉਸਨੇ ਇਹੀ ਫੈਸਲਾ ਕੀਤਾ ਕਿ ਉਹ ਕਹਿ ਦੇਵੇਗੀ ਕਿ ਉਹ ਤਾਂ ਟਿਕਟ ਲੈਣਾ ਹੀ ਭੁੱਲ ਗਈ ਹੈ। ਫਿਰ ਚੈਕਰ ਦੇ ਪਾਲੀ ਕੋਲੋਂ ਟਿਕਟ ਪੁੱਛਣ 'ਤੇ ਕੀ ਵਾਪਰਿਆ ਉਹ ਵੀ ਆਪਾਂ ਡਿਸਕਸ ਕਰ ਲਿਆ ਕਿ ਜਦੋਂ ਚੈਕਰ ਪਾਲੀ ਦੇ ਕੋਲ ਆਇਆ, ਉਹਨੇ ਟਿਕਟ ਮੰਗੀ ਤਾਂ ਉਸੇ ਜਵਾਬ ਦੇਣ ਤੋਂ ਪਹਿਲਾਂ ਹੀ ਜੀਤ ਝਟਪਟ ਬੋਲ ਪਿਆ, ਇਹ ਬੀਬੀ ਤਾਂ ਮੇਰੀ ਭੈਣ ਹੈ, ਇਹਦਾ ਟਿਕਟ ਤਾਂ ਮੇਰੇ ਕੋਲ ਹੈ। ਚੈਕਰ ਨੇ ਕੰਡਕਟਰ ਨੂੰ ਬੜੀ ਚਲਾਕੀ ਦੇ ਨਾਲ ਤਾੜਦਿਆਂ ਅਤੇ ਉਹਦੇ ਵੱਲ ਅਤੇ ਮੁਸਕਰਾਉਂਦਿਆਂ ਅਤੇ ਉਹਦੇ ਵੱਲ ਅਤੇ ਪਾਲੀ ਵੱਲ ਜ਼ਰਾ ਗੋਹ ਨਾਲ ਦੇਖਦਿਆਂ ਮੁਸਕਰਾ ਕੇ ਉਹ ਉੱਤਰ ਗਿਆ, ਕੋਈ ਜਵਾਬ ਨਹੀਂ ਦੇ ਪਾਇਆ। ਫਿਰ ਸ਼ਾਮ ਨੂੰ ਜਦੋਂ ਪਾਲੀ ਅੱਡੇ 'ਤੇ ਪੁੱਜੀ ਤਾਂ ਜੀਤ ਨੇ ਰਾਜ ਸਾਂਝਾ ਕੀਤਾ ਕਿ ਦੇਸ਼ ਦੀ ਵੰਡ ਸਮੇਂ ਉਸਦੀ ਭੈਣ ਮਾਰੀ ਗਈ ਹੈ, ਉਸਦਾ ਪਰਿਵਾਰ ਵੀ ਮਾਰਿਆ ਗਿਆ, ਜਿਵੇਂ ਕਿਵੇਂ ਉਹ ਬਚ ਕੇ ਇੱਧਰ ਆ ਗਿਆ ਅਤੇ ਕੰਡਕਟਰ ਬਣ ਗਿਆ। ਉਹਦੇ ਕਹਿਣ ਦਾ ਭਾਵ ਹੈ ਕਿ ਪਾਲੀ ਵਿੱਚ ਉਸਨੂੰ ਆਪਣੀ ਭੈਣ ਅਮਰਜੀਤ ਦਾ ਚਿਹਰਾ ਨਜ਼ਰ ਆਉਂਦਾ ਹੈ, ਇਸ ਕਰਕੇ ਉਹ ਉਸਦਾ ਉਚੇਚਾ ਧਿਆਨ ਰੱਖਦਾ। ਡਨ ਬੇਟੇ, ਯੈਸ ਬੱਚੇ, ਕਹਾਣੀ ਕੰਪਲੀਟ, ਬਸ ਕੰਡਕਟਰ ਕਹਾਣੀ। ਹਾਂ, ਇਹਦੇ ਵੱਡੇ ਕੁਸ਼ਚਨ ਤਾਂ ਇਸ ਤੋਂ ਬਾਅਦ ਕਰਨੇ ਨਹੀਂ ਹੈ, 2 ਮਾਰਕਸ ਕੁਸ਼ਚਨ ਹੀ ਆਉਣੇ ਹੈ ਕਿ ਬੱਸ ਵਿੱਚ ਇੱਕ ਸਵਾਰੀ ਪਾਲੀ ਬਾਰੇ ਕੀ ਆਖਦੀ ਹੈ, ਸੇਮ ਕੀ ਕਹਿੰਦੀ ਹੈ। ਜੀਤ ਨੇ ਜਦੋਂ ਦੱਸਿਆ ਕਿ ਇਹ ਵੱਡੀ ਡਾਕਟਰਨੀ ਹੈ, 300 ਰੁਪਇਆ ਲੈਂਦੀ ਹੈ, ਉਸੇ ਵੇਲੇ ਮੁਸਾਫਰ ਕਹਿੰਦਾ ਚੰਗੇ ਘਰਾਣੇ ਦੀਆਂ ਕੁੜੀਆਂ ਜੋ ਆਪਾਂ ਡਿਸਕਸ ਕੀਤਾ ਕਿ ਜਿੰਨਾ ਮਰਜ਼ੀ ਕਮਾਈ ਕਰ ਲੈਣ, ਆਦਮੀ ਅੱਗੇ ਅੱਖ ਚੁੱਕ ਕੇ ਗੱਲ ਨਹੀਂ ਕਰਦੀਆਂ। ਅਤੇ ਉਹ ਪਾਲੀ ਦੀ ਸਿਫਤ ਕਰਦਾ ਕਿ ਇਹ ਕੁੜੀ ਵਿੱਚ ਇਹ ਸਾਰੇ ਗੁਣ ਦਿਖਦੇ ਨੇ ਕਿ ਇਹਨੂੰ ਮੈਂ ਰੋਜ਼ ਪਟਿਆਲੇ ਜਾਂਦੇ ਦੇਖਦਾ, ਪਰ ਇਸ ਕੁੜੀ ਨੇ ਕਦੀ ਵੀ ਅੱਖ ਚੁੱਕ ਕੇ ਗੱਲ ਨਹੀਂ ਕੀਤੀ। ਬਾਕੀ ਆਪਾਂ ਜਿਹੜੇ ਐਕਸਟਰਾ ਕੁਸ਼ਚਨ ਹੋਣਗੇ ਉਹ ਵੀ ਆਪਾਂ ਮੰਡੇ ਡਿਸਕਸ ਕਰਾਂਗੇ, ਠੀਕ ਹੈ ਬੇਟੇ? ਹੁਣ ਆਪਾਂ ਗੱਲ ਕਰੀਏ ਸਾਂਝੀ ਕੰਧ ਕਹਾਣੀ। ਮੈਨੂੰ ਲੱਗਦਾ ਬੱਸ ਕੰਡਕਟਰ ਕਹਾਣੀ ਸਭ ਨੂੰ ਅੱਛੀ ਤਰ੍ਹਾਂ ਹੋ ਗਈ। ਯੈਸ ਬੇਟੇ, ਸਾਂਝੀ ਕੰਧ ਕਹਾਣੀ ਆਪਾਂ PT3 ਚ ਆਲਰੇਡੀ ਕਰ ਚੁੱਕੇ ਹਾਂ। ਕੋਈ ਦੱਸ ਸਕਦਾ ਸਾਂਝੀ ਕੰਧ ਕਹਾਣੀ ਕੀ ਹੈ? ਸ਼ਾਰਟ ਫਾਰਮ ਚ ਕੌਣ ਦੱਸੇਗਾ? ਜੋ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਹੈ, ਤੇ ਉਸ ਕਹਾਣੀ ਵਿੱਚ ਕਹਾਣੀਕਾਰ ਨੇ ਵਿਸ਼ਾ ਕੀ ਲਿਆ? ਹਾਂ, ਉਹ ਕਹਾਣੀ ਵੀ ਪੇਂਡੂ ਕਿਸਾਨ, ਕਿਸਾਨੀ ਜੀਵਨ ਨਾਲ ਸੰਬੰਧਿਤ ਹੈ ਔਰ ਯਥਾਰਥਵਾਦੀ ਕਹਾਣੀਆਂ ਲਿਖੀਆਂ ਨੇ। ਆਪਾਂ ਜੇ ਕਹਾਣੀਕਾਰ ਦੇ ਬਾਰੇ ਗੱਲ ਕਰੀਏ ਨਾ, ਸਾਂਝੀ ਕੰਧ ਕਹਾਣੀ ਦਾ ਕਹਾਣੀਕਾਰ ਸੰਤੋਖ ਸਿੰਘ ਧੀਰ, ਜਿਸਨੇ ਯਥਾਰਥਵਾਦੀ ਯਥਾਰਥਮੀ ਜ਼ਿੰਦਗੀ ਦੀ ਅਸਲੀਅਤ ਪ੍ਰਗਤੀਵਾਦੀ ਕਹਾਣੀਆਂ ਲਿਖੀਆਂ ਨੇ, ਜਿਸਦਾ ਜਨਮ ਹੋਇਆ ਸਰਹੰਦ ਦੇ ਨੇੜੇ ਬਸੀ ਪਠਾਣਾ ਵਿੱਚ ਆਪਣੇ ਨਾਨਕੇ ਪਿੰਡ 2 ਦਸੰਬਰ 1920 ਨੂੰ। ਬਚਪਨ ਦਾਦਕੇ ਡਡਹੇੜੀ ਬੀਤਿਆ। ਇੱਕ ਨਾਮਵਰ ਲੇਖਕ ਹੋਇਆ ਜਿਸਨੇ ਬਹੁਤ ਸਾਰੀਆਂ ਕਵਿਤਾਵਾਂ, ਨਾਵਲ, ਕਹਾਣੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਨੇ, ਜਿਸਨੂੰ 1996 ਵਿੱਚ ਸਾਹਿਤ ਅਕਾਦਮੀ ਦਾ ਅਵਾਰਡ ਵੀ ਮਿਲਿਆ, ਠੀਕ ਹੈ? ਔਰ ਪ੍ਰਗਤੀਵਾਦੀ ਕਹਾਣੀਕਾਰ ਹੋਣ ਦੇ ਨਾਲ ਉਹਨੇ ਯਥਾਰਥਵਾਦੀ ਕਹਾਣੀਆਂ ਲਿਖੀਆਂ ਨੇ, ਤੇ ਉਸਦੀ ਇਹ ਕਹਾਣੀ ਵੀ ਉਹਨਾਂ ਕਹਾਣੀਆਂ ਵਾਂਗ ਹੱਕ ਤੇ ਸੱਚ ਦੀਆਂ ਲੜਾਈਆਂ ਲੜਨ ਵਾਸਤੇ ਪ੍ਰੇਰਿਤ ਕਰਦੀ ਹੈ। ਤੇ ਇਹ ਕਹਾਣੀ ਕੀ ਹੈ? ਚਾਚੇ ਦੇ ਪੁੱਤ ਭਰਾਵਾਂ ਦੇ ਵਿੱਚ ਸਾਂਝੀ ਕੰਧ ਨੂੰ ਲੈ ਕੇ ਇੱਕ ਲੜਾਈ ਨੂੰ ਦਰਸਾਇਆ ਗਿਆ, ਤੇ ਜਿਸ ਦਾ ਅੰਤ ਕਿਵੇਂ ਕੀਤਾ? ਸੁਖਾਂਤ ਵਿੱਚ ਕੀਤਾ, ਦੁਖਾਂਤ ਵਿੱਚ ਨਹੀਂ ਕੀਤਾ। ਕਿ ਕਹਾਣੀ ਦੇ ਅੰਤ ਵਿੱਚ ਕਪੂਰ ਸਿੰਘ ਆਪਣੇ ਭਰਾ ਦਰਬਾਰਾ ਸਿੰਘ ਦੀ ਬਿਮਾਰੀ ਦੇ ਬਾਰੇ ਫਿਕਰਮੰਦ ਹੁੰਦਾ ਹੋਇਆ ਉਸਨੂੰ ਹੌਸਲਾ ਦਿੰਦਾ ਹੈ। ਇਹ ਆਪਾਂ ਬੇਟੇ ਮੰਡੇ ਦੀ ਕਲਾਸ ਵਿੱਚ ਡਿਸਕਸ ਕਰਾਂਗੇ। ਤੁਸੀਂ ਇੱਕ ਵਾਰੀ ਕਹਾਣੀ ਚੰਗੀ ਤਰ੍ਹਾਂ ਪੜ੍ਹਨੀ ਹੈ, ਸਾਂਝੀ ਕੰਧ ਕਹਾਣੀ ਵੀ, ਬੱਸ ਕੰਡਕਟਰ ਕਹਾਣੀ ਵੀ, ਤੇ ਆਪਾਂ ਸਿਰਜਣਾ ਇਕਾਂਗੀ ਵੀ ਮੰਡੇ ਦੀ ਕਲਾਸ 'ਚ ਰਿਵਾਈਜ਼ ਕਰਾਂਗੇ। ਥੈਂਕ ਯੂ ਸੋ ਮਚ।